सब्सक्राइब करो साडा YouTube चैनल पंजाबी मेनिया ते अपने फोन ते नवीं वीडियोस देखने दे लई हिट करो बेल आइकन। ते अल्फाज तुसी आपा कोई भी अपनी लाइफ दा एक फेज हुंदा ना तां पौधे नाल कोई ना कोई एक मैमरी या मोमेंट इकट्ठी जरूर करदे आ। सो इस फिल्म दी शूटिंग तों दे टाइम ते तुसी कोई इहो जी मैमरी इकट्ठी कीती होवे कि अगे लाइफ विच याद रहे जदों वड्डा कलाकार दी गल होवे। ਉਹ ਐਕਚੁਅਲੀ ਫਿਰ ਮੈਂ ਸੀਨ ਡਿਸਕਲੋਜ਼ ਕਰ ਦੂੰਗਾ ਨਾ ਵਿੱਚ। ਅੱਛਾ ਫਿਰ ਮੈਮਰੀ ਮੈਂ ਬਿਲਕੁਲ ਸੀਗੀ ਬਟ ਦੇਰ ਵਾਸ ਅ ਸੀਨ ਫਿਰ ਜੀ ਮੈਂ ਦੱਸ ਹੀ ਦਿੱਤਾ ਸਾਰਾ ਕੁਝ ਫਿਰ ਸਸਪੈਂਸ ਖਤਮ ਹੋ ਜਾਣਾ ਬਟ ਉਹ ਐਕਚੁਅਲੀ ਜਦੋਂ ਮੈਨੂੰ ਫੀਲ ਹੋਇਆ ਕਿ ਯਾਰ ਵਾਕਈ ਮਤਲਬ ਆਈ ਗੋਟ ਇਮੋਸ਼ਨਲ ਜਿਹੜਾ ਤੁਸੀਂ ਵਾਈਲ ਪਲੇਇੰਗ ਦੈਟ ਕੈਰੈਕਟਰ। ਹਾਂਜੀ ਯੈਸ ਮੈਂ ਮਤਲਬ ਉਸ ਟਾਈਮ ਤੇ ਜੋ ਮੱਖਣ ਜਿਹੜਾ ਬੇਸਿਕਲੀ ਵੱਡਾ ਕਲਾਕਾਰ ਬਣਨਾ ਚਾਹੁੰਦਾ ਉਹਦੀ ਕੁਝ ਲਾਈਫ 'ਚ ਇੱਦਾਂ ਦਾ ਹੋਇਆ ਕਿ ਮੈਂ ਉਹ ਆਈ ਫੈਲਟ ਇਟ ਕਿ ਅੱਛਾ ਉਹ ਮੱਖਣ ਲਈ ਖੁਸ਼ੀ ਮੈਨੂੰ ਮਤਲਬ ਕਿ ਹੁੰਦੇ ਨੇ ਖੁਸ਼ੀਆਂ ਵਾਲੇ ਹਾਂਜੀ 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 ਉਹ ਆਏ। ਅਲਫਾਜ਼ ਹੁਣ ਅਸੀਂ ਗੱਲ ਕਰਦੇ ਹਾਂ ਉਸ ਸ਼ਖਸੀਅਤ ਦੀ ਜਿਨ੍ਹਾਂ ਦੇ ਥਰੂ ਤੁਸੀਂ ਇੰਡਸਟਰੀ ਦੇ ਵਿੱਚ ਆਏ ਸੀ ਯੋ-ਯੋ ਹਨੀ ਸਿੰਘ। ਹਾਂਜੀ ਹਾਂਜੀ। ਸੋ ਉਹਨਾਂ ਦਾ ਬੇਸਬਰੀ ਨਾਲ ਸਾਰੇ ਕਮਬੈਕ ਦੀ ਵੇਟ ਕਰ ਰਹੇ ਨੇ ਤੇ ਰੀਸੈਂਟਲੀ ਉਹਨਾਂ ਨੂੰ ਆਈ ਥਿੰਕ ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਤੇ ਦੇਖਿਆ ਸੀ। ਹਾਂਜੀ ਹਾਂਜੀ। ਸੋ ਕੀ ਕਿੱਦਾਂ ਦੇਖ ਰਿਹਾ ਸੀ ਉਹਨਾਂ ਨੂੰ ਤੇ ਕਦੋਂ ਦੇਖ ਰਹੇ ਆ ਕਿ ਬਹੁਤ ਜਲਦੀ ਜਿਹਾ ਆਏਗਾ ਸਰ ਕ੍ਰਿਸਮਸ ਤੇ ਉਹਨਾਂ ਦਾ ਗਾਣਾ ਆ ਰਿਹਾ ਮੱਖਣਾ ਉਹਨਾਂ ਨੇ ਪੋਸਟ ਕੀਤਾ। ਹਾਂਜੀ ਟ੍ਰੇਲਰ ਹੋਇਆ। ਇਟਸ ਵਨ ਆਫ ਦਾ ਬਿਗੇਸਟ ਵੀਡੀਓ ਆਫ ਇੰਡੀਅਨ 뮤직 ਇੰਡਸਟਰੀ। ਬਹੁਤ ਵਧੀਆ। ਤੇ ਆਈ ਹੋਪ ਜਿਵੇਂ ਲੋਕਾਂ ਨੂੰ ਉਹਨਾਂ ਨੇ ਪਹਿਲਾਂ ਪਿਆਰ ਦਿੱਤਾ ਸੀ ਇਦਾਂ ਡਬਲ ਪਿਆਰ ਦੇਣਗੇ। ਬਿਲਕੁਲ ਬਿਕੋਜ਼ ਭਾਈ ਨਾਲ ਦੁਆਵਾਂ ਬਹੁਤ ਆ ਸਾਰਿਆਂ ਨੂੰ। ਸੋ ਵਧੀਆ ਹੋਊਗਾ। ਤੁਹਾਡਾ ਵੀ ਕੋਈ ਗਾਣਾ ਜਾਂ ਐਲਬਮ ਆ ਰਹੀ ਆ ਹਨੀ ਸਿੰਘ? ਉਹ ਫਿਰ ਜਲਦੀ ਡਿਸਕਲੋਜ਼ ਕਰਾਂਗੇ ਆਫੀਸ਼ੀਅਲੀ ਅਜੇ ਨਹੀਂ। ਤੇ ਇਸ ਫਿਲਮ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਪ੍ਰੋਜੈਕਟਸ ਨੇ ਹੁਣ? ਜੀ ਨੈਕਸਟ ਫਿਲਮ ਮੈਂ ਸਾਈਨ ਕਰ ਲਈ ਹੈ ਤੇ ਉਹ ਬਹੁਤ ਇੰਟਰਸਟਿੰਗ ਕਨਸੈਪਟ ਹੈ ਉਹਦੇ ਲਈ ਮੈਂ ਬਹੁਤ ਐਕਸਾਈਟਿਡ ਹਾਂ। ਸੋ ਟਾਈਟਲ ਮੈਂ ਪਹਿਲੀ ਵਾਰ ਡਿਸਕਲੋਜ਼ ਕਰ ਰਿਹਾ ਬਾਣੀਏ ਨੇ ਜੱਟ ਢਾਲਿਆ। ਸੋ ਬਹੁਤ ਹੀ ਇੰਟਰਸਟਿੰਗ ਸਟੋਰੀ ਆ ਐਂਡ ਮੀ ਐਂਡ ਕਰਮਜੀਤ ਅਨਮੋਲ ਭਾਈ ਆਰ ਪਲੇਇੰਗ ਦ ਲੀਡ ਰੋਲ ਬੇਸਿਕਲੀ ਐਕਚੁਅਲੀ ਚ ਲੀਡ ਰੋਲ ਕਰਮਜੀਤ ਭਾਈ ਦਾ ਆਈ ਮਾਈਟ ਬੀ ਪਲੇਇੰਗ ਅ ਸੈਕੰਡ ਲੀਡ ਓਕੇ ਤੇ ਕਾਮੇਡੀ ਓਨਰ ਹੋਗਾ। ਯੈਸ 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 ਪੂਰੀ ਕਾਮੇਡੀ ਨੈਕਸਟ ਲੈਵਲ। ਸੋ ਅਲਫਾਜ਼ ਜਾਣ ਤੋਂ ਪਹਿਲਾਂ ਅਸੀਂ ਤੁਹਾਡੀ ਤੁਹਾਡਾ ਕੋਈ ਗਾਣਾ ਸੁਣਨਾ ਚਾਹਾਂਗੇ ਤੁਹਾਡਾ ਆਪਣਾ ਕਿਹੜਾ ਸੁਣਨਾ ਜਸੋ ਆਈ ਥਿੰਕ ਉਤੇ ਟਾਈਟਲ ਸੌਂਗ ਸੁਣਾ ਦੇਣਾ ਹੁਣ ਆਈ ਜਾਣਾ ਦੋ ਚਾਰ ਦਿਨ ਓਕੇ ਹਾਂ ਗੁਰੇਜ ਅਖਤਰੀ ਦਾ ਪਾਠ ਪਹਿਲਾ ਮੇਰਾ ਬਾਅਦ ਚ ਤੇ ਗੁਰੇਜ ਅਖਤਰ ਜੀ ਕਹਿੰਦੇ ਆ ਉਹ ਖਰੇ ਕੱਡੂ ਕਿਹੜਾ ਸੱਪ ਐਵੇਂ ਮਾਰਦਾ ਐ ਗੱਪ ਮੈਨੂੰ ਪੈਂਦਾ ਪੂਰਾ ਸ਼ੱਕ ਵੱਡੇ ਕਲਾਕਾਰ ਤੇ ਉਹ ਖਰੇ ਕੱਡੂ ਕਿਹੜਾ ਸੱਪ ਐਵੇਂ ਮਾਰਦਾ ਐ ਗੱਪ ਮੈਨੂੰ ਪੈਂਦਾ ਪੂਰਾ ਸ਼ੱਕ ਵੱਡੇ ਕਲਾਕਾਰ ਤੇ ਮੁੰਡਾ ਕਹਿੰਦਾ ਉਹ ਨੀ ਤੂੰ ਵੇਖਦੀ ਤਾਂ ਜਾ ਹੋ ਜਾ ਬੇਪਰਵਾਹ ਐ ਕਿ ਤੇਰੇ ਵਾਲਾ ਜੱਟ ਆਊ ਵੀ ਜ਼ਿਆਰ ਤੇ। ਲਵਲੀ ਥੈਂਕ ਯੂ ਸੋ ਮਚ ਅਲਫਾਜ਼ ਸਾਡੇ ਲਈ ਟਾਈਮ ਕੱਢਣ ਲਈ ਤੇ ਇੰਨੀ ਵਧੀਆ ਤੁਹਾਡਾ ਥੈਂਕ ਯੂ ਜੀ ਤੁਸੀਂ ਸਾਡੇ ਲਈ ਟਾਈਮ ਕੱਢ ਕੇ ਆਏ ਹੋ ਤੁਹਾਡੇ ਬਿਨਾਂ ਦਾ ਆਰਟਿਸਟ ਕੁਝ ਨਹੀਂ ਹੈ ਅਗਰ ਤੁਸੀਂ ਸਾਨੂੰ ਕਵਰ ਨਹੀਂ ਕਰੋਗੇ ਅਸੀਂ ਆਡੀਅੰਸ ਤੱਕ ਪਹੁੰਚ ਨਹੀਂ ਪਾਵਾਂਗੇ ਸੋ ਥੈਂਕ ਯੂ ਸੋ ਮਚ ਦੈਨ ਫੈਨਸ ਤੋਂ ਬਹੁਤ ਜ਼ਿਆਦਾ ਮਾਫੀ ਜੇ ਲੰਬਾ ਗੈਪ ਪਿਆ ਬਟ ਅਗਲੇ ਸਾਲ ਐਲਬਮ ਵੀ ਆ ਰਹੀ ਹੈ ਬਹੁਤ ਕੁਛ ਆ ਰਿਹਾ ਪਟਾਕੇ ਪੈਣ ਵਾਲੇ ਦੁਆਰੇ ਪੀਸਾ ਥੈਂਕ ਯੂ ਸੋ ਮਚ। ਸੋ ਮੈਂ ਯਾਸਮਿਨ ਕੌਰ ਪੰਜਾਬੀ ਮੀਨੀਆ ਤੋਂ ਤੁਹਾਡੇ ਤੋਂ ਵਿਦਾ ਲੈਣੀ ਹਾਂ ਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ। ਸਤਿ ਸ਼੍ਰੀ ਅਕਾਲ।